ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਗੈਰੀ ਸੰਧੂ, ਜੋ ਕਿ ਸੋਸ਼ਲ ਮੀਡੀਆ 'ਤੇ ਫੈਨਸ ਦਾ ਦਿਲ ਖੁਸ਼ ਕਰਕੇ ਰੱਖਦੇ ਹਨ, ਅੱਜ ਉਹ ਖੁਦ ਗਮ ਵਿੱਚ ਹਨ, ਜਿਨ੍ਹਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਬੀਤੇ ਦਿਨੀ ਗੈਰੀ ਸੰਧੂ ਦੇ ਮਾਤਾ ਅਵਤਾਰ ਕੌਰ ਦਾ ਦੇਹਾਂਤ ਹੋ ਗਿਆ। ਗੈਰੀ ਸੰਧੂ ਦੀ ਸੋਸ਼ਲ ਮੀਡੀਆ 'ਤੇ ਆਪਣੀ ਮਾਤਾ ਨਾਲ ਪਾਈਆਂ ਹੋਈਆਂ ਕੁਝ ਵੀਡੀਓਜ਼ ਅਤੇ ਫੋਟੋਜ਼ ਨੂੰ ਦੇਖ ਕੇ ਤੁਸੀਂ ਇਹ ਅੰਦਾਜ਼ਾ ਤਾਂ ਲਗਾ ਹੀ ਸਕਦੇ ਹੋ ਕਿ ਉਹ ਉਹਨਾਂ ਦੇ ਕਿੰਨੇ ਕਲੋਜ਼ ਸਨ। ਦੁਨੀਆਂ ਤੇ ਇੱਕ ਚੀਜ਼ ਅਮੁੱਲੀ, ਨਾ ਹੈ ਜਿਸ ਦਾ ਮਾਂ, ਔਖੇ ਸੌਖੇ ਰਾਹਾਂ ਦੇ ਵਿੱਚ ਛੱਡਦੀ ਨਹੀਂ ਕਦੇ ਬਾਂ, ਵੇਦ ਗ੍ਰੰਥਾਂ ਦੇ ਵਿੱਚ ਲਿਖਿਆ, ਵੇਦ ਗ੍ਰੰਥਾਂ ਦੇ ਵਿੱਚ ਲਿਖਿਆ, ਤੇ ਸਭ ਪਤਾ ਹੈ ਥਾਵਾਂ ਨੂੰ, ਉਹ ਕਦੇ ਸੁਖੀ ਨਹੀਂ ਵਸਦੇ ਜੋ ਦੁੱਖ ਦਿੰਦੇ ਮਾਵਾਂ, ਦੁੱਖ ਦਿੰਦੇ ਮਾਵਾਂ, ਉਹ ਸਾਰੀ ਸਾਰੀ ਰਾਤ ਮਾਂ ਜਾਗ ਕੇ ਲੰਘਾਉਂਦੀ ਰਹੀ, ਨਾ ਆਵੇ ਕਿਤੇ ਨੀਂਦ ਲੋਰੀ ਬਾਹਾਂ 'ਚ ਸਣਾਉਂਦੀ, ਨਸ਼ਿਆਂ ਵਿੱਚ ਪੈ ਭੁੱਲ ਜਾਂਦੇ ਜੋ ਉਹਨਾਂ ਬਾਵਾਂ ਨੂੰ, ਉਹ ਕਦੇ ਸੁਖੀ ਨਹੀਂ ਬਸ। ਇੰਨੇ ਦਿਨਾਂ ਗੈਰੀ ਸੰਧੂ ਆਪਣੇ ਪ੍ਰੋਗਰਾਮਸ ਨੂੰ ਲੈ ਕੇ ਵਿਦੇਸ਼ ਟੂਰ ਤੇ ਗਏ ਹੋਏ ਸਨ। ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਕੱਲ ਉਹਨਾਂ ਨੇ ਆਪਣੇ ਅੰਤਿਮ ਸਾਹ ਲਏ। ਪਿਛਲੇ ਸਾਲ ਗੈਰੀ ਸੰਧੂ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਸੀ ਅਤੇ ਕੁਝ ਸਮੇਂ ਪਹਿਲਾਂ ਹੀ ਗੈਰੀ ਸੰਧੂ ਨੇ ਆਪਣੇ ਮਾਤਾ ਜੀ ਅਤੇ ਪਿਤਾ ਜੀ ਦੇ ਨਾਂ ਦਾ ਟੈਟੂ ਆਪਣੀ ਗਰਦਨ ਤੇ ਬਣਵਾਇਆ। ਪੰਜਾਬੀ ਸਿੰਗਰ ਸ਼ੈਰੀ ਮਾਨ ਨੇ ਵੀ ਗੈਰੀ ਸੰਧੂ ਦੇ ਮਾਤਾ ਜੀ ਦੀ ਫੋਟੋ ਪਾਉਂਦੇ ਹੋਏ ਲਿਖਿਆ, ਆਈ ਕੈਨ ਅੰਡਰਸਟੈਂਡ ਦ ਪੇਨ ਗੈਰੀ, ਰੈਸਟ ਇਨ ਪੀਸ ਮਾਤਾ। ਸਭ ਤੋਂ ਬੁਰੀ ਫੀਲਿੰਗ ਹੁੰਦੀ ਹੈ ਕਿ ਮਾਤਾ ਜਿਸਨੇ ਜਨਮ ਦਿੱਤਾ ਉਹ ਹੁਣ ਘਰ ਜਾਂਦੇ ਨੂੰ ਕਦੇ ਨਹੀਂ ਮਿਲੇਗੀ। ਇਸ ਪੋਸਟ ਵਿੱਚ ਸ਼ੈਰੀ ਮਾਨ ਦੇ ਆਪਣੇ ਕੁਝ ਇਮੋਸ਼ਨਸ ਵੀ ਜੁੜੇ ਹੋਏ ਹਨ ਕਿਉਂਕਿ ਕੁਝ ਸਮੇਂ ਪਹਿਲਾਂ ਹੀ ਉਹ ਆਪਣੀ ਮਾਤਾ ਜੀ ਨੂੰ ਖੋ ਚੁੱਕੇ ਹਨ। ਅਤੇ ਸਿੰਗਰ ਅਫਸਾਨਾ ਖਾਨ ਨੇ ਵੀ ਇਹ ਪੋਸਟ ਪਾਈ, ਆਰ ਆਈ ਪੀ ਬੀਬੀ ਜੀ। ਇਸ ਦੁੱਖ ਦੀ ਘੜੀ ਵਿੱਚ ਸਾਰੀ ਪੰਜਾਬੀ ਇੰਡਸਟਰੀ ਗੈਰੀ ਸੰਧੂ ਦੇ ਨਾਲ ਖੜੀ ਹੈ ਅਤੇ ਪਰਮਾਤਮਾ ਉਹਨਾਂ ਦੇ ਮਾਤਾ ਜੀ ਦੀ ਰੂਹ ਨੂੰ ਸ਼ਾਂਤੀ ਦੇਵੇ।